ਪੰਜਾਬ ਦੇ ਵਿੱਚ ਤਿੰਨ ਐਸੇ ਉਮੀਦਵਾਰ ਜੋ ਭਾਰਤੀ ਜਨਤਾ ਪਾਰਟੀ ਵਿੱਚ ਝਾੜ ਲਿਆ ਕੇ ਰੱਖਤਾ ਹੈ ਤਿੰਨ ਬੰਦਿਆਂ ਨੇ। ਇਹ ਵੀ ਕਹਿ ਲਓ ਵੀ ਨਾਤੀ ਧੋਤੀ ਰਹਿ ਗਈ, ਨੱਕ ਮੈਂ ਮੱਖੀ ਬਹਿ ਗਈ, ਉਹ ਬਾਤ ਬਣ ਗਈ ਵੀਰ। ਕਿਤਨੇ ਦਿਨ ਹੋ ਗਏ ਇਹ ਦੇਖ ਲਓ ਵਿਚਾਰੇ ਪੋਸਟਰ ਬੈਨਰ ਗਲੀਆਂ ਮਾਂ ਟੈਂਪੂ ਲੇਗਾ ਫਿਰ ਰਹੇ ਨੇ, ਕਹਾ ਆਪਾਂ ਕਰੇਂਗੇ ਥਾਰਾ ਰਾਜ, ਮੋਦੀ ਸਾਹਿਬ ਆਵੇਂਗੇ ਯਾਰ, ਇਹ ਲਿਆਵੇਂਗੇ ਬਾਹਰ ਲਿਆਵੇਂਗੇ ਵੀਰ, ਤਿੰਨੇ ਬੰਦੇ ਵਿਹਲੇ ਘਰ ਘਰ ਬਿਠਾ ਦੇ ਵੀਰ। ਇਹ ਹੁਸ਼ਿਆਰਪੁਰ ਤੇ ਵਿਜੇ ਸਾਂਪਲੇ ਤੋਂ ਵਿਚਾਰੇ ਨੇ ਆਪਣੇ ਨਾਂ ਕੇ ਪੂਰਾ ਚੌਕੀਦਾਰ ਵੀ ਕੱਟ ਦਿਆ, ਗੱਲ ਲੈ ਚੌਕੀਦਾਰ ਹੀ ਬਣਤਾ ਬਣਿਆ ਗਿਆ, ਕੁਛ ਵੀ ਨੀ ਮਿਲਿਆ। ਆਹ ਵੀਰ ਇਹ ਟਿਕਟ ਨਾ ਮਿਲ ਕਰ ਬਾਗੀ ਹੋ ਗਿਆ, ਇਹ ਮਤਲਬ ਹੁਸ਼ਿਆਰਪੁਰ ਤੇ ਵਿਜੇ ਸਾਂਪਲਾ ਹਰ ਕਹਿ ਰਿਹਾ ਇਹਨੇ ਤਾਂ ਮੈਨੂੰ ਟਿਕਟ ਨਹੀਂ ਦੇਈ, ਗਊ ਪਾਪ ਕਰਤਾ, ਗਊ ਮਾਰਤੀ ਸਾ ਇਹਨਾਂ ਨੇ ਮੈਨੂੰ ਟਿਕਟ ਨਹੀਂ ਦੇਈ ਕਹਾ, ਮੇਰੇ ਕੋਲ ਕੋਈ ਬਲੇਮ ਨਹੀਂ ਕੁਛ ਨਹੀਂ ਕਹਾ, ਇੱਕ ਟੁੱਟੀ ਚਵਾਨੀ ਨਹੀਂ ਕਹਾ ਯਾਰ, 2 ਰੁਪਏ ਦੀ ਚਾਹ ਨਹੀਂ ਪੀ ਕਿਸੇ ਦੇ ਕਹਾ, ਕਦੇ ਕਹਾ ਕੋਈ ਗਲਤ ਕੰਮ ਨਹੀਂ ਕਿਸੇ ਕਰਿਆ, ਮੈਨੂੰ ਬਾਹਰ ਮਾਰਿਆ ਕੱਢ ਦਾ ਟਿਕਟ ਦੇਈ ਨਹੀਂ ਕਹਾ ਮੈਨੂੰ ਯੋਗਾ, ਇਹ ਚੰਗੀ ਬਾਤ ਥੋੜ੍ਹੀ ਬੜਾ ਉੱਥਾ ਪਤਾ ਪ੍ਰੇਮ ਪਤੀ ਕੌਣ ਹੈ, ਇਸ ਖੜਿਆ ਕਰਤਾ ਉੱਥਾਂ ਦੀ ਹਰ ਵਿਰੋਧੀ ਧਿਰ ਦਾ ਹਮਲਾ, ਔਰ ਉੱਥਾ ਬੀਜੇਪੀ ਦੇ ਲੀਡਰ ਆਪਣੇ ਉਮੀਦਵਾਰਾਂ ਦੇ ਖਿਲਾਫ਼ ਮੋਰਚੇ ਖੋਲ੍ਹ ਰਹੇ, ਵਿਰੋਧੀ ਮੌਜ ਹੋ ਗਈ ਵੀਰ, ਵਿਰੋਧੀ ਲੋੜ ਹੀ ਪੈ ਰਹੀ ਜੋ ਵਿਰੋਧੀਆਂ ਦੇ ਵੀਰ, 2-2 ਟੈਂਪੂ ਘਟਾ ਦੇਗਾ ਵੀ ਘਟਾ ਦਿਓ ਟੈਂਪੂ, ਤੋਂ ਆਪਸ ਮੈਂ ਲੜ ਰਹੇ, ਮੈਂ ਤੂੰ ਵੀ ਜਿੱਤ ਜਾਣਾ, ਮੈਨੇ ਤੋ ਕਹਾ ਇਸੀ ਵਾਰ ਟੈਂਪੂ ਵਗੈਰਾ ਖਰਚਾ ਘਟੇਗਾ, ਕਹਾ ਆਹ ਵੀ ਜੋ ਕਹਿ ਲਓ ਵੀ ਮੋਰਚਾ ਖੋਲ ਦਿਆ, ਔਰ ਉੱਥਰ ਗੁਰਦਾਸਪੁਰ ਦੇ ਵਿੱਚ ਕਵਿਤਾ ਖੰਨਾ ਸਵਰਨ ਸਲਾਰੀਆ ਬਾਕੀ ਹੋ ਗਏ, ਔਰ ਉੱਧਰ ਕਵਿਤਾ ਖੰਨਾ ਕਹਿ ਰਹੀ ਉਹ ਵਿਨੋਦ ਖੰਨੇ ਘਰ ਵਾਲੀ, ਕਹਾ ਮੇਰੀ ਟਿਕਟ ਸੀ, ਔਰ ਸਵਰਨ ਸਲਾਰੀਆ ਕਹਿ ਰਿਹਾ ਯਾਰ ਪਹਿਲਾਂ ਮੰਨੂ ਜੀ ਨੂੰ ਮੈਂ ਖੜਾ ਕਰਿਆ, ਈ ਪੂਰਾ ਲਿਆ ਗਾ ਕਾਉਰਾ, ਜੋ ਇਹ ਧਰਮਿੰਦਰ ਦਾ ਛੋਕਰਾ ਖੜਾ ਕਰਦਾ ਨਲਕੇ ਪੱਟਣੇ ਵਾਲਾ, ਇਹੋ ਕਹਾ ਨਲਕੇ ਪੁੱਟਣੇ ਵਾਲਾ ਆ ਖੜਾ ਕਰਤੇ, ਔਰ ਕਹਾ ਜੋ ਬਾਤ ਬੜਾ ਪਹਿਲਾਂ ਪੈਸੇ ਮਹਾਨੇ ਲਾਈ ਦੀ ਮਿਹਨਤ ਕਰੀ ਖਾ, ਔਰ ਇਹੋ ਗਰਾਊਂਡ ਤਿਆਰ ਕਰਿਆ, ਈ ਬਕਾਉਰਾ ਨਲਕਾ ਲੈਣੇ ਵਾਲਾ ਬੰਦਾ ਹੋਰ ਖੜਾ ਕਰ ਲਿਆ ਥਾਨੇ ਲਿਆ ਕਾ, ਉਹ ਆ ਵੀ ਬਾਕੀ ਹੋਵੇ ਵੀਰ। ਔਰ ਅੰਮ੍ਰਿਤਸਰ ਦੇ ਵਿੱਚ ਭਾਜਪਾ ਕਾ ਜੋ ਜਿਹੜਾ ਸਾਬਕਾ ਉਪ ਪ੍ਰਧਾਨ ਰਜਿੰਦਰ ਮੋਹਨ ਸਿੰਘ ਛੀਨਾ ਛੀਨਾ ਰਾ ਵੀ ਗਰਮ ਹੋ ਗਏ, ਕਾਉਰਾ ਲਿਆ ਕਾ ਪੂਰੀ ਨੂੰ ਖੜਾ ਕਰਤੇ, ਕਹਾ ਯਾਰ ਬਾਤ ਬਣਾ ਕਾ, ਪੋਸਟਰ ਲਾਉਂਦੇ ਆਪਾਂ ਮਰ ਗਏ, ਝੰਡੀਆਂ ਲਾਉਂਦੇ ਆਪਾਂ ਮਰ ਗਏ, ਪਿੰਡ ਪਿੰਡ ਗਲੀਆਂ ਗਲੀਆਂ ਜਾ ਕੇ ਟੈਂਪੂ ਫਿਰ ਤਾਂ ਆਪਾਂ ਕਹਿ ਗਾ ਵੀ ਮੈਨੂੰ ਵੋਟਾਂ ਪਾਏ, ਮੈਨੂੰ ਵੋਟਾਂ ਪਾਏ, ਪੂਰਾ ਬੰਦਾ ਲਿਆ ਹੋਰ ਖੜਾ ਕਰਤਾ, ਇਹ ਤਿੰਨ ਬੰਦੇ ਵੀਰ ਪਾਰਟੀ ਖਿਲਾਫ਼ ਹੋ ਗਏ, ਯਾਰ ਪਾਰਟੀ ਵੋਟਾਂ ਭੰਨਣਗੇ ਵੀਰ, ਇਹ ਬਾਤ ਪੱਕੀ ਯਾਰ, ਇਸਕਾ ਨੁਕਸਾਨ ਹੋਵੇ ਯਾਰ, ਉਮੀਦਵਾਰ ਬਾਈਕਾਟ ਕਰਤਾ, ਔਰ ਭਾਜਪਾ ਕਾ ਇਹ ਐਸਸੀ ਮੋਰਚੇ ਦਾ ਜਨਰਲ ਸਕੱਤਰ ਸੀਤਲ ਇਹ ਅੰਗੂਰਾਲ ਇਹ ਸੀਤਲ ਅੰਗੂਰਾਲ ਕਹਿ ਰਿਹਾ, ਕਹਾ ਵੀਰ ਮੇਰੀ ਬਾਤ ਸੁਣੇਗਾ, ਪਾਰਟੀ ਦਾ ਅਸਤੀਫਾ ਦੇ ਰਿਹਾ, ਕਹਾ ਸਵੇਤ ਮਲਕ ਵਿਜੇ ਸਾਂਪਲਾ ਦੀ ਟਿਕਟ, ਕਹਾ ਵਿਜੇ ਸਾਂਪਲੇ ਟਿਕਟ 11 ਕਰੋੜ ਰੁਪਏ ਦੇ ਵਿੱਚੋਂ ਵੇਚੀਗਾ, ਇਹ ਕਹਾ ਇਹ ਬਾਤ ਬਣਾ ਕੋਈ 11 ਕਰੋੜ ਰੁਪਏ ਦਾ ਟਿਕਟਾਂ ਵੇਚ ਰਹੇ ਥਮ, ਫਿਰ ਥਮ ਕਿਆ ਕਹਾ ਵੀ ਜਨਤਾ ਕਿਆ ਥਮ ਕਰ ਲੇਗੀ ਹਿੱਲਾ, ਔਰ ਵੀਰ ਉਹ ਬਿਆਨ ਦਿਆ, ਉਹ ਤਾਂ ਪ੍ਰੈਸ ਕਾਨਫਰੰਸ ਕਰੀ, ਉਹ ਨਾ ਕਹਾ ਵੀ ਲਾਡਾ ਆਪਣੇ ਵੱਲ ਬਣਾ ਬਣਾ ਕੇ ਪੜ ਰਿਹਾ, ਉਹਦਾ ਇਹ ਪ੍ਰੈਸ ਕਾਨਫਰੰਸ ਕਰੀ ਵੀਰ ਉੱਥਾ, ਇਹ ਅੰਗੁਲ ਨੇ ਹਰ ਕਹਿ ਰਿਹਾ ਵੀਰ ਜੋ ਅੰਮ੍ਰਿਤਸਰ ਦੀ ਪ੍ਰੈਸ ਕਾਨਫਰੰਸ ਕਰੀ, ਯਾਰ ਸਮੇਤ ਮਲਿਕ ਨੂੰ ਬੈਗ ਫੁੱਟ ਵਾਲਿਆ ਖੜਾ ਕਰਦਾ, ਕਹਾ 11 ਕਰੋੜ ਰੁਪਏ ਵੇਚੀਗਾ, ਤਾਂ ਹੀ ਤਾਂ ਬੀਜੇ ਸਾਹਿਬ ਜਿਹੜਾ ਬੈਠਿਆ ਪੈਰਾਂ ਭਾਰ ਹੋਈ ਵੀ ਮੈਨੂੰ ਟਿਕਟ ਨਹੀਂ ਦੇਈ, ਮੈਨੂੰ ਟਿਕਟ ਨਹੀਂ ਦੇਈਗਾ, ਦਈ ਤਾਂ ਕਿੱਥਾ ਦੇ 11 ਕਰੋੜ ਮਾਲ ਵਿਕ ਰਿਹਾ, ਅਗਲਾ ਅਗਲਾ ਕਹਿ ਲੋੜ ਫਰੀ ਮਾਂ ਦੇਣੀ ਟਿਕਟ, ਇਸੀ ਕਰਤਾ ਨਹੀਂ ਦੇਈ, ਇਹ ਨੁਕਸਾਨ ਹੋ ਗਿਆ ਵੀਰ। ਚਲੋ ਖੈਰ ਅਗਲੀ ਖਬਰ ਸੁਣ ਲਿਓ, ਆਰ ਵੀਰ ਇਬ ਬਹਿਬਲ ਗੋਲੀਕਾਂਡ ਵਿੱਚ ਵਾਂ ਜੋ ਜਿਹੜਾ SSP ਚਰਨਜੀਤ ਸ਼ਰਮਾ ਇਸਕੇ ਖਿਲਾਫ਼ ਅਦਾਲਤ ਕੇ ਵਿੱਚ ਵਾਂ ਚਲਾਨ ਪੇਸ਼ ਕਰਦਾ ਪੁਲਿਸ ਵਾਲੇ, ਕਹਾ ਵੀ ਚਲੋ ਕੋਈ ਬਾਤ ਨਹੀਂ, ਕਵਰ ਬੀਜੇ ਪ੍ਰਤਾਪ ਨੂੰ ਵਿਹਲਾ ਕਰਿਆ, ਆਪਾਂ ਤਾਂ ਹੈ ਨਾ ਪੁਲਿਸ ਵਾਲੇ, ਕਹਾ ਹਮ ਕਹਾ ਚਿੰਤਾ ਨਾ ਕਰੋ ਜੀ, ਕਹਾ ਆਪਾਂ ਕਰਾਂਗੇ। ਆਰ ਵੀਰ ਚਰਨਜੀਤ ਕੇ ਖਿਲਾਫ਼ ਇਹ ਕਹਿ ਲਓ ਵੀ ਉੱਥਾ ਚਲਾਨ ਪੇਸ਼ ਕਰਤਾ, ਔਰ ਉਹ ਕਹਿ ਲਓ ਵੀ ਵਿਕਰਮ ਸਿੰਘ ਜਿਹੜਾ SP ਔਰ ਇੰਸਪੈਕਟਰ ਪ੍ਰਦੀਪ ਸਿੰਘ ਬਾਜਾ ਖਾਨਾ ਔਰ ਸਾਬਕਾ SHO ਅਮਰਜੀਤ ਕਲਾਰ ਇਨਕੇ ਖਿਲਾਫ਼ ਹਲੇ ਚਲਾਨ ਪੇਸ਼ ਨਹੀਂ, ਔਰ ਉੱਥਾ ਕੈਪਟਨ ਅਮਰਿੰਦਰ ਕਹਿ ਰਿਹਾ ਕਹਾ ਵੀ ਕੋਈ ਐਸੀ ਬਾਤ ਨਹੀਂ, ਜੇ ਖਬਰ ਬੀਜੇ ਪ੍ਰਤਾਪ ਨੂੰ ਗਾ ਇਹਨਾਂ ਨੂੰ ਬੇਟਾ ਕਰਕੇ ਘਰ ਭੇਜ ਦਿਆ, ਕੋਈ ਬਾਤ ਨਹੀਂ, ਬੰਦੇ ਹੋਰ ਆਪਣੇ ਵਾ ਪੱਕੇ ਪੱਕੇ ਲਾ ਰੱਖੇ, ਇਹ ਸਾਰੀ ਜਾਂਚ ਕਰੇਗਾ, ਸਾਰੀ ਜਾਂਚ ਕਰਾ ਬਾਦਲਾਂ ਨੂੰ ਅੰਦਰ ਕਰਾਵੇਗਾ, ਟੈਂਸ ਵੀ ਕਰਾ ਸਭ ਹਾਂ, ਇਹ ਨਾ ਸੋਚੋ ਵੀ ਕਬਰ ਬੀਜੇ ਪ੍ਰਤਾਪ ਵਿਹਲਾ ਕਰ ਕਰ ਘਰ ਭੇਜ ਦਿਆ, ਵੀ ਉਹ ਕੰਮ ਬੰਦ ਹੋ ਗਿਆ, ਕੁਛ ਬੰਦ ਨਹੀਂ ਹੋਇਆ ਗਾ, ਕੁਛ ਬੰਦ ਨਹੀਂ ਹੋਇਆ ਗਾ, ਸਾਰਾ ਕੰਮ ਉੱਤਰੀ ਚਲੇਗਾ, ਬਸ ਥੋੜ੍ਹਾ ਜਿਹਾ ਵੋਟਾਂ ਪੈ ਲੈਣ ਦੋ, ਮਾੜੀ ਵੋਟਾਂ ਦੇ ਬਾਅਦ ਫਿਰ ਜਾਣਾ ਪਵਾ ਨਾ ਵੀਰ, ਰੈਲੀਆਂ ਰੂਲੀਆਂ ਹੋਵਾਂ ਪਿੰਡਾਂ ਪੁੰਡਾਂ ਵਾ, ਆ ਤੇ ਕੈਪਟਨ ਜਾਣਾ ਪਵਾ, ਤਾਂ ਭੀੜ ਵੀ ਕਰਨੀ ਫਿਰ ਇਸੀ ਕਰਕੇ ਵੀਰ, ਕੱਲ੍ਹ ਦੇਖ ਲਓ ਉੱਥਾ ਸੰਗਰੂਰ ਵੀ ਉਹ ਪੇਪਰ ਭਰਾਉਣ ਗਏ ਤੇ ਉੱਥੇ ਕੇਬਲ ਕੇ ਯਾਰ ਕੇਬਲ ਕੇ ਪੇਪਰ ਭਰਾਉਂਦੇ ਮੰਡੀ ਮੰਗੇ ਡਾ ਲਾ ਕੇ, ਜੇ ਕੰਮ ਬਹੁਤ ਹੋਵਾਂ ਨਾ ਮੁੱਖ ਮੰਤਰੀ ਸਾਹਿਬ ਨੂੰ ਇਸੀ ਕਰਕੇ, ਇਹ ਕਹਿ ਰਹੇ ਵੋਟਾਂ ਪੈ ਲੈਣ ਦਿਓ, ਵੋਟਾਂ ਦੇ ਬਾਅਦ ਸਾਰਾ ਹਿਸਾਬ ਕਿਤਾਬ ਕਰਕਾ ਦੱਸ ਦੇਗੇ ਕੌਣ ਦੋਸ਼ੀ ਕੌਣ ਅਸਲੀ ਕੌਣ ਨਕਲੀ, ਉਹ ਸਭ ਨਿਕਲੇਗਾ, ਟੈਂਸ਼ਨ ਨਾ ਕਰੋ। ਚਲੋ ਖੈਰ ਇਹ ਅੱਜ ਦੀਆਂ ਬੜੀਆਂ ਖਬਰਾਂ ਦੀਆਂ, ਪੰਜਾਬ ਚੋਣ ਦੰਗਲ ਕੇ ਵਿੱਚ ਵਾਂ, ਔਰ ਕੱਲ੍ਹ ਨੂੰ ਵੀਰ ਥਾਰੇ ਵਾ ਫੇਰ ਲਾਡਾ ਆਵੇਗਾ 2:30 ਵਜੇ, ਔਰ ਇਹ ਥਾਰਾ ਆਪਣਾ ਪ੍ਰੋਗਰਾਮ ਖੇਤਰੀ ਭਾਸ਼ਾ ਦਾ ਦਿਹਾਤੀ ਪ੍ਰੋਗਰਾਮ, ਚੈਨਲ ਨੂੰ ਸਬਸਕ੍ਰਾਈਬ ਕਰ, ਕੱਲ੍ਹ ਵੀ ਥਾਰੇ ਆਪਣੇ ਘਰ ਦਾ ਚੈਨਲ ਪਿੰਡ ਦਾ ਸਾਰੇ ਪਿੰਡ ਵਾਲਿਆਂ ਦਾ ਚੈਨਲ ਹੀ ਹੋ, ਔਰ ਕੱਲ੍ਹ ਨੂੰ ਇਸੇ ਟਾਈਮ ਲਾਡਾ ਫੇਰ ਮਿਲੇਗਾ ਤੁਹਾਨੂੰ, ਇਹ ਸਾਰਿਆਂ ਨੂੰ ਵੀਰ ਪਿਆਰ ਭਰੀ ਸਤਿ ਸ਼੍ਰੀ ਅਕਾਲ।